ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਈ ਸਾਰਿਆਂ ਨੂੰ। ਲੈ ਭਾਈ ਗੰਡਾਸੇ ਦੇ ਉੱਤੇ ਆਪਣੇ ਬਦਲੀ ਦੇ ਸਵੇਰ ਦੀ ਤਿਆਰੀ ਕਰਾਂ। ਰੱਬ ਸੁੱਖ ਰੱਖੇ। ਦੱਖਣ ਚੱਲੇ ਹੋਏ ਬਹੁਤ ਤਾਂ ਮੀਂਹ ਨਾ ਆਵੇ ਤਾਂ ਸਵੇਰ ਨੂੰ ਆਪਾਂ 2 ਕਿੱਲੇ ਟੁੱਕ ਦੇਣੀ ਹੈ। 2.5 ਕਿੱਲੇ ਕੱਲੂ ਨੀ ਹੈਗਾ। ਨਹੀਂ ਕੱਲੂ ਨਹੀਂ ਹੈਗਾ, ਪਰਸੋਂ ਚਾਸ ਦੱਸਿਆ ਪਰ ਪੈ ਨਹੀਂ ਵੀ। ਚੱਲ ਨਾ ਪਾਵੇ ਯਾਰ, ਸਭ ਦੀ ਚੱਕ ਹੋ ਜਾਵੇ। ਟੁੱਕਣ ਲੱਗ ਜਾਣਾ ਬਸ 10-11 ਵਜੇ। ਠੀਕ ਨੀ, ਉਹ ਵੀ ਟੁੱਕਣੀ ਹੈ। ਪਾਣੀ ਲਾਉਣਾ ਕਹਿੰਦਾ ਪਾਣੀ ਲਾ ਦਿਓ। ਫਰਸ ਆਪਾਂ ਨੇ ਪਾਤਾ ਬਾਈ, ਦੇਖ ਲੈ ਪੂਰਾ ਫਿੱਟ ਕਰਦੀ ਆ। 100 ਕੁਇੰਟਲ ਦਾ ਟਰੇਲਰ ਜਦ ਅੰਦਰ ਬਣਨਾ ਲੱਦਿਆ ਪਿਆ, ਫਿਰ ਦਬ ਨਾ ਜਾਵੇ। ਇਹ ਕਿਹਦੇ ਪਰ ਘੋਲੂਆ ਨੀ ਪਾਉਣਾ ਹਾਲੇ, ਇਹਦਾ ਕੱਚੀਆ ਪੱਕ ਦਿਖ ਜੂਗਾ। ਇੱਟ ਪੱਟ ਚੱਕ ਕੇ ਚੱਲ ਦੁਬਾਰਾ ਲੱਗ ਜਾਂਦੀ ਆ। ਫਿਰ ਜੇ ਘੋਲੂਆ ਪਾਤਾ ਫਿਰ ਤਾਂ ਸਾਡੀ ਹੋਰ ਲੋੜ ਹੋ ਜਾਂਦੀ ਆ। ਠੀਕ ਨੀ, ਕਰਾਂਗੇ ਸੈਟਿੰਗ ਇਹਦੀ ਜੀ। ਹੋਰ ਕਿਆ, ਪਾਣੀ ਦਾ ਦੇਖ ਲਈ, ਪਾਣੀ ਲਾਈਏ। ਪਾਣੀ ਲਾਉਂਦੇ ਆ ਆਹ ਤਾਂ ਵਧੀਆ ਬਣ ਗਿਆ। ਕਣਕ ਦਾ ਝਾੜ ਭਾਈ ਵਧੀਆ ਰਿਹਾ ਆਪਣਾ ਅੱਜ ਵੀ ਬਾਈ, ਕਣਕ ਆਪਣੀ ਜੀ ਮਹਾਰਾਜ ਦੀ ਕਿਰਪਾ ਨਾਲ, ਬਸ ਜਿੰਨੀ ਪਹਿਲਾਂ ਦੀ ਉੰਨੀ ਹੋ ਗਈ। ਫਿਰ 25 ਹਾਂ ਪਲੱਸ ਇਹ ਆ ਬਸ, ਉਸ ਤੋਂ ਝਾੜ 25 ਬਣ ਗਿਆ ਵੀ। 2 ਸਾਲ ਬਾਈ ਚੰਗੇ ਰਗੜ ਹੋਏ ਆ ਵੀ ਮਹਾਰਾਜ ਬਣਦੇ ਆ। ਮਹਾਰਾਜ ਐਨ ਚੰਗੇ ਰਗੜ ਹੋਏ ਆ, ਹੁਣ ਮਹਾਰਾਜ ਨੇ ਬਾਹ ਫੜ ਲਈ ਕਣਕ ਜੀ ਵੀ। 2 ਦਿਨ ਫਸਲਾਂ ਦਾ ਘਾਟਾ ਬਹੁਤ ਪਿਆ ਵਾ, ਹੁਣ ਫੜ ਲਈ ਉਹਨੇ ਬਾਹ। ਚੱਲ ਹੁਣ ਖਿੱਚ ਤੂ ਗਏ ਬਰਾਬਰ ਜੀ, ਆ ਜੂਗੇ ਮਾੜੇ ਜੀ। ਠੀਕ ਨੀ ਗੱਲ, ਠੇਕੇ ਵਾਲਿਆਂ ਦਾ ਅੱਧ ਦੇ ਹੋ ਜੂਗਾ, ਜਿਹੜਾ ਅੱਧਾ ਦੇ ਪੈਸੇ ਦੇਣੇ ਆ। ਉਹ ਹੋ ਜੂਗਾ, ਹੁਣ ਇਹਦਾ ਫਰਕ ਬਹੁਤ ਪੈਂਦਾ। ਜੇ ਫਸਲ ਚੰਗੀ ਹੋਵੇ ਤਾਂ ਬੰਦੇ ਨੂੰ ਠੇਕੇ ਦਾ ਫਿਕਰ ਨਹੀਂ ਰਹਿੰਦਾ, ਠੇਕਾ ਦੇਣਾ ਚਾਹੀਦਾ। ਐਂ ਤਾਂ ਸਾਡਾ ਗੰਨਾ ਦਾ ਵਿੱਚ ਗੰਨੇ ਕਰਕੇ ਦੇ ਦਈ ਅਸੀਂ ਪਹਿਲਾਂ ਵੀ ਠੇਕਾ ਦੇਣਾ ਹੀ ਆ ਭਾਈ। ਗੰਨੇ ਵੀ ਬੰਦੇ ਆ ਭਾਈ, ਹੰਦਾ ਵੱਜਦਾ ਹਲੇ ਗੰਨੇ ਵੀ ਰਹਿੰਦੇ ਪੈਸੇ ਆਪਣੇ। ਭਗਵਾਨ ਵੀ ਸੌਂ ਗਿਆ ਯਾਰ, ਹੁਣ ਚੀਨੀ ਦਾ ਬੇਗੀ ਪਤਾ ਲੱਗਿਆ, ਕਹਿੰਦਾ ਚੀਨੀ ਦਾ ਬੇਗੀ ਮਿਲਦੀ ਬਾਹਰ ਨੂੰ ਕੋਈ ਕਿਧਰੇ ਗੁਜਰਾਤ। ਹਾਂ ਪਾਉਂਗੇ ਪੇਮੈਂਟ, ਫਿਰ ਪਾਉਂਗੇ ਹੁਣ ਪਾਉਣ ਯਾਰ। ਹੁਣ ਜ਼ਿਮੀਦਾਰ ਨੂੰ ਆਏ ਆ, ਦੇਖ ਮੇਰੀ ਗੱਲ ਸੁਣ ਲਾ। ਸਾਰੀ ਪੇਮੈਂਟ ਪਈ ਆ ਹੁਣ ਗੰਨੇ ਚ ਵੀ 10-20 ਜ਼ਿਆਦਾ ਰੇ ਚੱਕ ਕੇ ਲਿਆਉਣਾ ਪੈਣਾ ਪਹਿਲਾਂ ਡਾਇਆ ਡੂਆ। ਜੇ 1-2 ਪਰਚੇ 2 ਦੇ ਪੈ ਗਏ ਚੱਲ ਬੰਦਾ ਉਹ ਨਗ ਚੱਕ ਲਿਆਉਂਦਾ ਫਿਰ, ਹੈ ਕਿ ਨਹੀਂ। ਇਹਦਾ ਫਰਕ ਬਹੁਤ ਪੈਂਦਾ ਬਾਈ। ਹੁਣ ਵੀ ਆਪਾਂ ਨਗਦੇ ਚੱਕ ਕੇ ਪਾਇਆ ਪਾ ਜੀ, ਇਹਦੇ ਵਾਲਾ ਕਣਕ ਵਾਲਾ ਯੂਰੀਆ ਆਧਾਰ ਚੱਕਿਆ ਦਾ ਬਸ ਨਗਦੇ ਲੈ ਚੱਕ ਇਹਦੇ ਲਿਆਉਣਾ ਤਾਂ ਅੱਜ ਹੈ ਨਹੀਂ ਤਾਂ ਬੰਟੀ ਪਾ। ਨਹੀਂ ਅੱਗੇ ਸਟੈਡੀ 'ਚੋਂ ਚੱਕ ਲੈਂਦੇ ਆ ਅਸੀਂ ਇੱਥੇ, ਹੁਣ ਉੱਧਰ ਦੇ ਲਿਆਉਂਗੇ ਚੱਕ, ਉੱਧਰ ਦੇ ਚੱਕੂਗੇ ਫਿਰ। ਮਦਲੀ ਬਦਲੀ ਕਰ ਦੇਣੀ, 1,00,000 ਰੁਪਇਆ ਆਪਾਂ ਨੇ ਉਤਾਰ ਕੇ ਆਪਣਾ ਨਵਾਂ ਫੇਰ ਨਿਕਲ ਆਉਣਾ। ਜਾਣੀ ਵਿਆਜ ਪੈ ਜੂਗਾ 2-3 ਹਜ਼ਾਰ ਰੁਪਇਆ, 3-4 ਜਾਣੀ ਸਮਾਨ ਆਪਣੇ ਨਗਦੇ ਪੈ ਸਕਦਾ। ਸਟੈਡੀ ਸਿਸਟਮ ਵਧੀਆ ਹੈ, ਲਿਫਟ ਨਾਲ ਵਧੀਆ ਹੈ, ਲਿਫਟ ਵੀ ਵਧੀਆ ਬਾਈ, ਸਭ ਕੁਛ ਵਧੀਆ ਬਾਈ, ਜਿਹੜਾ ਸਹੀ ਚੱਲਦਾ। ਠੀਕ ਨੀ ਗੱਲ, ਜਿਹੜਾ ਲੈਣ ਦੇਣ ਸਹੀ ਚੱਲਦਾ ਬੈਂਕ ਨਾਲ, ਫਿਰ ਉਹ ਨਾਲਾ ਬੰਦਾ ਠੇਕੇ ਦਾ ਲੈਣ ਦੇਣ ਠੇਕੇ ਵਾਲੇ ਨਾਲ ਸਹੀ ਆ। ਚਾਚੇ ਨੂੰ ਫੋਨ ਕਰਕੇ ਪੁੱਛ ਲੈ ਲਿਮਿਟ ਵਧਾ ਲਓ। ਮੈਂ ਨੀ ਵਧਾਉਣੀ ਹੈਗੀ, ਬੰਨ ਦੇ 5 ਲੱਖ ਦੀ ਤੁਰਦੀ ਸਾਲੇ, ਬੰਨ ਦੇ ਆ ਵਧਾਉਣਾ ਤਾਂ ਉਹਨਾਂ ਨੇ ਤਾਂ ਵਧਾ ਦੇਣੀ, ਹਰ ਤਪੜੀ ਲੱਗ ਜਾਣੀ। ਯਾਰ ਪਤਾ ਕਿਆ ਹੈ, ਫੂਡ ਵੀ ਉਹਨੂੰ ਕਰਦੇ ਜਿਹਦੇ ਲੈਣ ਦੇਣ ਸਹੀ ਹੈ, ਬੰਨ ਦੇ ਵੀ ਉਹਨੂੰ ਆ ਵੀ ਇਹ ਵਧੀਆ ਚੱਲਦਾ ਜਿਹਦੇ ਹੋਰ ਸਿੱਟੋ ਵਿਆਜ। ਕਰਜ਼ਾ ਥੋੜਾ ਜਿਹਾ ਚਾਹੀਦਾ, ਠੀਕ ਰਹਿੰਦਾ ਕੰਮ ਬੰਦੇ ਨੂੰ, ਫਿਕਰ ਰਹਿੰਦਾ ਸਮਝ ਗੱਲ ਦੇਣਾ ਹੈ। ਗਾਹ ਦੰਦਾ ਵੀ ਕੋਈ ਨੀ,
ਸਭ ਕੁਝ ਦੇਖਦਾ ਬੈਂਕ ਵਾਲੇ ਵੀ ਦੇਖਦੇ ਆ ਅਗਲਾ ਆੜਤੀ ਕੋਲ ਵੀ ਨਹੀਂ ਜਾਂਦਾ ਆੜਤੀ ਤੇ ਲੈ ਕੇ ਫਿਰ ਆੜਤੀ ਨੂੰ ਛੱਡ ਜਾਂਦਾ ਉਹ ਆੜਤੀ ਨੂੰ ਵੀ ਛੱਡ ਜਾਂਦਾ ਤੇਰੀ ਕੱਟ ਲਵਾ ਪੈਸੇ ਚੱਲ ਬੰਦਾ ਜਾਂਦਾ ਉਹਦਾ ਫਸਲ ਤਾਂ ਸਿੱਧੇ ਬੰਦੇ ਕੋਲ ਇਹ ਗੱਲ ਮਾਣੀ ਪੈਸੇ ਦੇਣੇ ਨਾ ਆੜਤੀ ਮੈਂ ਫਸਲ ਨਹੀਂ ਖੜਨੀ ਚਾਹੀਦਾ ਵੀ ਮੈਂ ਆੜਤੀ ਦੇ 2 ਲੱਖ ਰੁਪਏ ਲਿਆਂਦਾ ਵਾ ਮੇਰੀ ਮੰਨ ਲਾ ਡੇਢ ਦੀ ਫਸਲ ਹੋਈ ਆ ਉਹਨੂੰ ਵੀ ਦੇਖ ਜਾਣਾ ਉਹਦਾ ਮਾੜਾ ਮੋਟਾ ਵਿਆਜ ਉਤਾਰ ਉਹਦੇ ਉਹਨੇ ਉਨੇ ਹੀ ਪੈਸੇ ਤੈਨੂੰ ਦੇ ਦੇਣੇ ਆੜਤੀ ਨਾਲ ਜੇ ਜਾ ਕੇ ਦੱਸੂਗਾ ਜੇ ਤਾਂ ਜਾਣਾ ਹੀ ਨੀ ਤੈ ਗੇ ਤੇ ਰੋਪੜ ਚਮਕੌਰ ਵਾਲੇ ਤੇ ਪੈਸੇ ਲੈ ਕੇ ਲੱਤੇ ਪੈਸੇ ਦੋ ਬਦਲਣਾ ਆੜਤੀ ਤੋਂ ਪਹਿਲਾਂ ਸਾਫ ਕਰੋ ਦੂਏ ਪਾ ਜਾਓ ਤਾਂ ਜਾਓ ਤਾਂ ਜਾਓ ਜੇ ਸਭ ਕਲੀਅਰ ਆ ਕਲੀਅਰ ਆ ਨਹੀਂ ਆੜਤੀ ਹੁਣ ਬੰਦਿਆਂ ਵਾਲਾ ਆ ਭੱਜ ਨਾ ਟਕਾ ਦੀ ਆ ਫਿਰ ਉਹੀ ਤਾਂ ਗੱਲ ਆ ਆੜਤੀ ਤੇ ਵੀ ਤਾਂ ਹੀ ਅਗਲਾ ਬਦਲਦਾ ਜੇ ਤੁਸੀਂ ਲੈ ਕੇ ਆਉਂਦੇ ਤਾਂ ਉਹਦੇ ਫਸਲ ਵੀ ਜਾਂਦੀ ਦੇ ਵੀ ਦਿੰਦੇ ਉਹਦੇ ਜੇ ਲੋੜ ਆ ਜਦ ਲੈ ਲਵੀ ਲੈਂਦੇ ਜਵਾਬ ਦੇ ਵੀ ਚੱਕਰ ਆਹੀ ਆ ਹੁਣ ਜੇ ਤੂੰ ਬਾਂਟੀ ਦੇ ਪੈਸੇ ਦਵਾਈਆਂ ਠੀਕ ਆ ਜੇ ਆਪਣਾ ਹਿਸਾਬ ਕਿਤਾਬ ਠੀਕ ਆ ਕੋਈ ਰੇਟ ਨੀ ਫਾਲਤੂ ਲੱਗਿਆ ਦਵਾਈ ਦਾ ਆ ਕੇ ਕੰਮ ਕਰਤਾ ਰੱਖਾਂ ਹਲਕਾ ਜਾ ਪੱਟੀ ਦਾ ਗੇੜ ਦੇ ਲਾ ਉਹ ਜਾਲੀ ਵਾਲੀ ਉਹ ਜੇ ਬੰਨੀ ਵੀ ਜੇ ਕਾਂਟਾ ਉਹਦੀ ਉੱਪਰ ਚੱਕਦੇ ਉਹਨੂੰ ਨਹੀਂ ਥੱਲੇ ਕਰ ਮੇਰੀ ਗੱਲ ਸੁਣ ਕੱਲ ਮੈਂ ਪੱਟੀ ਖੋਲੀ ਮੇਰੇ ਖਿੱਚ ਪੈਂਦੀ ਸੀ ਹੱਥ ਨੂੰ ਮੈਂ ਤੁਹਾਨੂੰ ਦੱਸਦਾ ਨਹੀਂ ਤਾਂ ਹੁਣ ਖਿੱਚ ਨਹੀਂ ਹੈਗੀ ਹੱਥ ਨੂੰ ਚੱਲ ਉਹ ਤਾਂ ਲਚਕ ਹੋ ਗਈ ਠੀਕ ਆ ਪਰ ਫਿਰ ਵੀ ਜਾਲੀ ਜਾਲੀ ਲਪੇਟ ਲਾ ਇਹਨੂੰ ਉਹ ਹਲਕੀ ਜਿਹੀ ਹੁੰਦੀ ਆ ਪੱਟੀ ਇੱਕ ਗੇੜੇ ਦੇ ਲਾ ਬਾਕੀ ਬਾਈ ਟਾਂਕੇ ਵੀ ਦੇਖੋ ਐ ਵਧੀਆ ਲਾਏ ਆ ਕਹਿੰਦਾ ਮੇਰੇ ਢਗੂਣ ਪੈ ਜਾਣਾ ਬਾਹਾਂ ਮਾ ਢਗੂਣ ਨਹੀਂ ਪੈਂਦਾ ਉਹਨੇ ਮਾਸ ਭਰ ਜਾਣਾ ਵਿੱਚ ਚਰਬੀ ਭਰ ਜਾਂਦੀ ਪਤਾ ਹੀ ਨੀ ਲੱਗਦਾ ਵੀ ਉਰੇ ਤੇ ਮਾਸ ਪੱਟਾ ਟਾਂਕੇ ਲੱਗੇ ਉਰੇ ਤੱਕ ਤਾਂ ਇੱਥੇ ਤੇ ਲੈ ਗਿਆ ਉਹ ਸਹੀ ਗਿਆ ਪਿੱਛੇ ਦੀ ਬੱਜ ਪਏ ਤੇ ਕਿਹੜੇ ਹਿਸਾਬ ਲੱਗ ਗਈ ਵਰਤੀ ਦੀ ਸੜੀ ਧੀਆ ਵੰਗਣਾ ਸੀਸਾਂ ਲੱਗ ਗਿਆ ਭਾਈ ਆਹੋ ਦੱਤਾਂ ਲੱਤਾਂ ਹੋਰ ਗਈ ਤੂੰ ਆਓ ਗੱਲ ਤੂੰ ਦੇਣਾ ਲੈਣਾ ਇੱਥੇ ਆ ਚੜਾਵਾ ਚੜਦਾ ਮਹਾਰਾਜ ਦੇਣੇ ਵਾਲਾ ਚਾਹੀਦਾ ਜਿਹੜੇ ਖਜ਼ਾਨਿਆਂ ਚੋਂ ਕਹਿੰਦਾ ਮਾਇਆ ਫਿਰ ਪਈ ਜਾਂਦੀ ਆ ਜਿੱਥੇ ਬੰਦ ਪਿਆ ਉੱਥੇ ਫਿਰ ਨਾ ਪੈਂਦੀ ਲੱਗੀ ਵੀ ਫੀਸ ਵੀ ਟਿਕਾਣੇ ਲਾਈ ਪਏ ਅਗਲੇ ਨੇ ਅਗਲੇ ਡੰਡਾ ਪਲਾਉਂਦੇ ਆ ਠੀਕ ਆ ਗੱਲ
ਮੈਂ ਹੁਣ ਦੇਖ ਕੇ ਆਇਆ ਸਾਰਾ ਗੱਗੇ ਨੂੰ ਦਿਖਾ ਕੇ ਆਇਆ ਵੀ ਐ ਬਣਾਉਣੀ ਗੱਲ ਬਸ ਪਰ ਵੀਡੀਓ ਨਹੀਂ ਬਣਾਈ ਅਸੀਂ ਗੱਗੇ ਨੂੰ ਪੁੱਛ ਲਾ ਗੱਗੇ ਨੂੰ ਬਹੁਤ ਪਿਆਰ ਤੂੰ ਮੇਰੀ ਮੇਰੀ ਸੁਣਦਾ ਗੱਲ ਤਿੱਦੇ ਤੂੰ ਮੰਨਦਾ ਨਹੀਂ ਕਿਸੇ ਦੀ ਗੱਲ ਰੇੜਾ ਦੇ ਤੂੰ ਧੋਖਾ ਖਾਂਦਾ ਤੂੰ ਮੈਂ ਤੈਨੂੰ ਦੱਸਤਾ ਰੇੜਾ ਵੇਚ ਕੇ ਸਾਲੀ ਬਾਡੀ ਲਵਾ ਲੈ ਨਵੀਂ ਲੋਹੇ ਦੀ ਹਾਂ ਉਹਨੂੰ ਗੱਡੀ ਨੂੰ ਬਾਡੀ ਰੰਗ ਕਰਾ ਕੇ ਆਪਾਂ ਨੇ ਹਾਂ ਉੱਪਰ ਦੇਖੀ ਜਿੱਥੇ ਝੜ ਕੇ ਜਿਹੜੀ ਮਟਿਆਰੇ ਗੱਡੀਆਂ ਚ ਕੀ ਜਾਂਦੀ ਜੀ ਜੱਤ ਦੀ ਚੜਾ ਲਿਓ ਜੁੱਤੀ ਉਹਦੇ ਵਿੱਚ ਰੋਹਾ ਹੀ ਨਹੀਂ ਉਤਰਨਾ ਇਹਦੇ ਵਿੱਚ ਜੁੱਤੀ ਦੱਸ ਤੁਸੀਂ ਕਿਹੜੀ ਚੜਾਉਣੀ ਉਹਦੇ ਵਿੱਚ ਉਹ ਮੇਰੀ ਗੱਲ ਹੋਣਾ ਚੱਜ ਦੀ ਬਣਾਲਾ ਜੇ ਬਣਾਉਣੀ ਆ ਨਹੀਂ ਰਹਿਣ ਦੇ ਚੱਲ ਤੂੰ ਬੜਾ ਦੇ ਦੇ ਦੋ ਦੋ ਦੀ ਸਾਈਜ਼ ਫੇਰ ਕੱਲ ਨੂੰ ਧਰਾ ਦੋ ਹੋਰ ਕਿਆ ਮੋਟਰਸਾਈਕਲ ਖੜੇ ਆ ਉਹਨੂੰ ਕਿਹੜਾ ਭਾਈ ਬਣਾ ਉਹ ਕਹਿੰਦਾ ਮੈਨੂੰ ਆਸਾ ਠੀਕ ਹੈ ਕੰਮ ਕੋ ਬਾਡੀ ਉੱਤੇ ਨਾ ਲਵਾ ਲਈਏ ਕਿਹੜਾ ਉਹ ਗਾਉਣੇ ਵਾਲਾ ਵੀ ਕਹੇਗਾ ਉਹਦਾ ਲੱਗਦੀਆਂ ਬਾਡੀਆਂ ਕਹਿੰਦਾ ਪਤਾ ਨਹੀਂ ਹੁਣ ਪਤਾ ਬਾਅਦ ਤੁਹਾਨੂੰ ਭੁੱਲ ਗਿਆ ਇਹ ਗਾਉਣੇ ਵਾਲਾ ਮੈਂ ਬਹੁਤ ਪੈਦਾ ਕਦੇ ਸਰਹੰਦ ਵੀ ਬਾਡੀਆਂ ਲੱਗਦੀਆਂ ਬਾਡੇ ਤੇ ਰੁਪੜੀ ਵੀ ਲੱਗਦੀਆਂ ਨਾਲੇ ਮੈਨੂੰ ਇੱਕ ਕਹਿੰਦੇ ਚਾਚੇ ਖਿੱਚ ਕੇ ਰੱਖੇ ਕਰ ਦਿੰਦੇ ਇਹਨਾਂ ਨੂੰ ਕਿੰਨਾ ਖਿੱਚੂਗਾ ਹੁਣ ਮੈਂ ਖਿੱਚਦਾ ਬਥੇਰੇ ਨਾਲੇ ਖਿੱਚ ਨੀ ਹੁੰਦੇ ਇਹ ਖਿੱਚਦਾ ਤਾਂ ਬਥੇਰਾ ਮੈਂ ਚਾਚੇ ਨੂੰ ਬਈ ਸਾਨੂੰ ਖਿੱਚਣਾ ਪੈਂਦਾ ਉਹ ਚੀਜ਼ਾਂ ਅਸੀਂ ਦੁਕਾਨ ਹੀ ਕਰਦੇ ਜੇ ਅਸੀਂ ਨਾ ਖਿੱਚਦੇ ਸਵੇਰ ਰਾਤ ਮੈਂ ਇਕੱਲੇ ਨੇ ਬਾਈ ਦੱਸਦੇ ਇਹਦਾ ਕਹਿੰਦਾ ਮੈਨੂੰ ਮੱਕੀ ਦਾ ਥੈਲਾ ਰਹਿੰਦਾ ਛਿੱਟੇ ਰਹਿ ਗਏ ਦੋ ਵੀ ਦੇ ਕੇ ਆਉਣਾ ਛਿੱਟਾ ਇਹਨੂੰ ਵੀ ਪੁੱਛ ਲੈ ਜਿੱਦਣ ਤਾਰੀ ਆ ਐਡੇ ਛਾਲੇ ਤੂੰ ਤਾਂ ਛੱਡੇ ਹੋ ਲੱਜ ਵੀ ਇੱਕ ਖਾਈ ਮੜ ਜਾ ਜਾਂਦਾ ਇਹ ਰਾਤ 40 ਕਿੰਨੀ 40 ਕੁਆਂਟਲ ਹੋਗੀ ਮਾਸਟਰ ਜੀ ਅੱਜ ਇੱਧਰ 20 ਕੁਆਂਟਲ ਹੋਈ ਹੈ 40 ਕੁਆਂਟਲ ਹੋਈ ਹੈ ਅਗਲੇ ਦਾ ਕਿਰਾਇਆ ਵੱਟਦੇ ਆ ਬੈਠੇ ਕੁਰਸੀਆਂ ਪਰ ਮੋਟਰਸਾਈਕਲ ਖਿੱਚੂਗਾ ਕਹਿੰਦਾ ਉਹਨੂੰ ਮਾਂ ਤੂੰ ਕੀ ਦਿਮਾਗ ਖਿਲਿਆ ਤੇਰਾ ਛੋਟਾ ਟੌਪ ਵਾਲੀ ਬਣਾ ਉਹਨੂੰ ਜਿਕਰਾ ਹੁੰਦਾ ਮੋਟਰਸਾਈਕਲ ਦਾ ਰੇੜੀ ਸਮਝਿਆ ਉਹ ਰੇੜਾ ਵੇਚ ਦੇ ਇਹਨੇ ਦਾ ਚੱਲ ਬਕਾ ਬਕਾ ਦੇ ਚੱਲ ਵੇਚ ਕਰ ਉਹ ਉਹਨਾਂ ਨੂੰ ਕਹਿੰਦੇ ਆ ਖਰਚਾ ਇਹਨਾਂ ਨੂੰ ਉਹਨਾਂ ਦਵਾ ਦੇਣਾ ਤੇਰਾ ਆ ਜਿਹੜੇ ਇੱਥੇ ਚਮਕੌਰ ਬੈਠੇ ਆ ਗੱਡੀਆਂ ਵਾਲੇ ਉਹਨਾਂ ਨੂੰ ਕਹਿਣਾ ਰੇੜਾ ਲੈ ਜਾਓ ਦੱਸੋ ਕਿਆ ਕੁਝ ਲੈਂਦੇ ਆ ਚੱਲ ਠੀਕ ਆ ਜਾਂਦੇ ਫਿਰ ਬਕਾ ਦੋ ਆਉਂਦੇ ਉਹਨੂੰ ਮਾਸੜ ਕਹਿੰਦਾ 2000 ਦਾ ਫੂਸ ਸੀ ਤੇ 3000 ਮੰਗ ਲਿਆ ਉਹ 2500 ਦੇਵੇ ਫੜੇ ਨਾ
ਮੈਂ ਥੋੜਾ ਫੜਦਾ ਨਾ ਸਾਰੇ ਪੰਦਰਾਂ ਪੰਦਰਾਂ ਸੌ ਕਹਿਣ ਲੱਗ ਗਏ ਪੱਚੀ ਤੋਲੇ ਉਹ ਦੇਖ ਲਾ ਓਏ ਗੱਗੇ ਦੇਖ ਲਾ ਓਏ ਮੇਰੀ ਲੱਭ ਦੇ ਗਿਆ ਹੀ ਨਹੀਂ ਮੇਰੇ ਨਾਲ ਮੇਰੀ ਗੱਜ ਵੀ ਨਾ ਵਿਕਿਆ ਨਹੀਂ ਫਿਰ ਲੱਦ ਕੇ ਪਹਿਲੇ ਘਰ ਨੂੰ ਲੈ ਆਇਆ ਲਾਲਚ ਤਾਂ ਮਾਛੜ ਦੇ ਮਨ ਮਾ ਆਇਆ ਹਾਂ ਉਹ ਪਤਾ ਕੀ ਇਹ ਤਾਂ 3000 ਕਹੇ ਤਾਂ 2500 ਦੰਦੀ ਮਾਛੜ ਦੋ ਮੇਰਾ 2500 ਉਹਨੂੰ ਆ ਜਾ ਵੀ 2500 ਦਾ ਵਿਕਿਆ ਸਾਡੇ ਪੈਰ ਜੇ ਮਾਰਦੇ ਫ੍ਰੀ ਆ ਦੁੱਧ ਨੂੰ ਜਾ ਆਏ ਆ ਉਹ ਹੈ ਬੰਬਾ ਕਰ ਕਹਿੰਦੇ ਕਿੰਨੀ ਪੈਸੇ ਲੈਣੇ ਸਰਦਾਰ ਜੀ ਮਹਾਰ ਪਿਆ ਲੈਣਾ 3000 ਤੁਸੀਂ ਵੀ ਜਮਾਂ ਹੀ ਗੱਲ ਘੁੱਟਣ ਲੱਗੇ ਵੇ ਦੇਖੋ ਅਗਲੇ ਨੇ ਅੜਾਉਣਾ ਵੀ ਤਾਂ ਕਿਆ ਕੱਢਣਾ ਦੋ ਵਿੱਚ ਤੁਸੀਂ 3000 ਦਾ ਬੂਦ ਲੈ ਉੱਥੇ ਮੰਡੀ 'ਚ ਦੇ ਆਉਂਦੇ ਹੈ ਜੇ ਇੰਨਾ ਬੂਦ ਹੁੰਦਾ ਉਹਦੇ 'ਚ ਇੰਨੀ ਕਣਕ ਹੁੰਦੀ ਇਹਨਾਂ ਨੇ ਘਰ ਨੂੰ ਲੈ ਕੇ ਆਉਣਾ ਦਾ ਬਾਈ ਇੱਥੇ ਪੱਖਾ ਲਾ ਕੇ ਉਡਾ ਦੇ ਕਿੰਨਾ ਮੁੜ ਕੇ ਆਇਆ ਪਿਆ ਪਤਾ ਇੰਨਾ ਇੰਨਾ ਇਹਨੇ ਥੋੜਾ ਜਿਹਾ ਘੱਟ ਤਲ ਦਿੰਦਾ ਫਿਰ 3000 ਦਾ ਵੀ ਨਹੀਂ ਹੋਣਾ ਜਿੱਦਾਂ ਉਹ ਬੱਤ ਕਰ ਯਾਰ ਵੀ ਗਰੀਬ ਮਾਰ ਕਰਨ ਲੱਗੇ ਤੇ ਜੱਜੇ ਮੈਨੂੰ ਲੱਗਦਾ ਮਿਹਨਤ ਵੀ ਕਿੰਨੀ ਆਉਣੀ ਕਰ ਦੇ ਵਿੱਚ 40 ਕੁਇੰਟਲ ਜੋ ਕਿੱਥੇ ਨਾ ਨਿਕਲੇ ਹੋਵੇ 107 ਕੁਇੰਟਲ ਕਣਕ ਚੋਂ ਹਮਾਲ ਨਿਕਲਿਆ ਹੋਇਆ ਫਿਰ ਉਹ 40 ਕੁਇੰਟਲ 40 ਕੁਇੰਟਲ ਦੇ ਯਾਰ ਇੱਕ ਫਾਇਦਾ ਹੋਣਾ ਨਹੀਂ 3000 ਦਾ ਮੇਰੀ ਇਹ ਗੱਲ ਸੁਣਦੇ ਨਹੀਂ ਤੁਸੀਂ ਆਪਣੇ ਖਾਈ ਜਾਂਦੇ ਆ ਹੁੰਡੀ ਦਾ ਵੀ ਮੁੱਲ ਕੱਢ ਲਿਆ ਤੁਸੀਂ ਤੂੰ ਸੁਣਦਾ ਲੈ ਮੇਰੀ ਗੱਲ ਪੀਰਾਂ ਨੇ ਮਦਾਈ ਵੀ ਕੱਢਣੀ ਸੀ ਵਿੱਚ ਹਾਂ ਫਿਰ ਉਹ ਕਿਹਾ ਮੈਂ ਰਾਜ ਨੂੰ ਮਹਾ ਤੂੰ ਭਾਈ ਘਰ ਨੂੰ ਲੈ ਜਾ ਕੇ ਹਾਂ ਮੈਂ ਐਸਾ ਹੈਗਾ ਤੇਰੇ ਕੋਲ ਦੋ ਦਿਨ ਵੀ ਉਹਨਾਂ ਨੂੰ ਦੇਣ ਪਿਆ ਕੇ ਦਿਆ ਹੈਡ ਪਿਆ ਸੀ ਵੀ ਉਹਨਾਂ ਨੂੰ ਪਾਈ ਕਹਿੰਦਾ ਮੈਂ ਨਹੀਂ ਲਿਆਣਾ ਪਹਿਲਾਂ ਵੀ ਮੇਰੇ ਪਤਾ ਤੂੰ ਭਾਈ ਕਣਕ ਪਈ ਆ ਮਹਾ ਵੇਚਣਾ ਕਹਿੰਦਾ ਹਾਂ ਉਹਨੇ ਮਾਰ ਲਈ ਹਾਕ ਭਈਆ ਦੇਖੋ ਕਿੰਨੇ ਥੈਲੇ ਆ ਕਿਆ ਥੈਲੇ ਕਿੰਨੇ ਚਾਰ ਲੈ ਮੇਰੇ ਨਾਲ ਕਰਾ ਦਉਂਦਾ ਚੱਕ 1600 ਰੁਪਏ 1500 ਦਿੰਦੇ 1600 ਹੁਣ ਲੈ ਲੈ ਉਹ ਫਿਰ ਹੁਣ ਮੇਰੀ ਮੈਂ ਪਾਉਂ ਐ ਲੰਦਾ ਡੰਗਰਾਂ ਨੂੰ ਉਹ ਮੇਰੀ ਗੱਲ ਸਿਰੇ ਲੱਗੇ ਲੈਂਦੇ ਹਾਂ ਉਹਦੇ ਬਾਅਦ ਕਹਿੰਦੀ ਵੀ ਨਹੀਂ ਕਹਿੰਦੀ 2000 ਰੁਪਏ ਚਲੋ ਪੈਰ ਪੂਰ ਮਾਰ ਕੇ ਮੂੰਹ ਚਾਹ ਦੇ ਵਾਲੇ ਫੇਰ ਘੁੰਮ ਕੇ ਆ ਗਏ ਕਹਿੰਦੇ ਰੁਪਇਆ ਕਹਿੰਦੀ 2500 ਮਾਸਟਰ ਕਹਿੰਦਾ ਮੰਨੇ ਕੋਲ ਨੂੰ ਆ ਕੇ ਕਹਿੰਦਾ 2500 ਦਿੰਦੀ ਹੈ ਕਹਿੰਦਾ ਮੈਂ ਕਿਹਾ ਵੀ 2700 ਮੈਂ ਠੀਕ ਹੈ ਕਹਿੰਦਾ ਉਹ ਭਾਈ ਵੀ 2500 ਕਹਿ ਕੇ ਲਾ ਦੀ ਫਿਰ ਦੇਖਦਾ ਫਿਰ ਯਾਰ ਮੈਂ ਡੀ ਚੱਕ ਕੇ ਕਿੱਥੇ ਵੀ ਜਾਈ ਜਾਵੇ ਗਾ ਕੇ ਮੁੜ ਕੇ ਫਿਰ ਕਿੱਥੇ ਆਉਂਦਾ ਅਗਲਾ ਹਾਂ ਮਾ ਆ ਜਿਹੜਾ ਇੱਥੇ ਖੜ ਜਾ ਫਿਰ ਆ ਕੇ ਦੇਖ ਕੇ ਦਾ ਨਹੀਂ ਮੈਂ ਕਿਹਾ ਵਾ ਭਾਈ ਆ ਜਾ ਮੈਂ ਕਿਹਾ ਰੁਪਇਆ ਦੇ ਦੇ ਤੂੰ 2600 ਠੀਕ ਹੈ ਕਹਿੰਦੀ ਮੈਂ 2500 ਨੂੰ ਵੀ ਲੈਣਾ ਪਹਿਲਾਂ 2500 ਕਹਿ ਗਈ ਫਿਰ ਦੇਖਿਆ ਕਹਿੰਦਾ ਹੋਰ ਆਊਗਾ ਕੋਈ ਜਿਹੜੀ ਹੋਰ ਆਏ ਜਿਹੜਾ ਹੋਰ ਆਏ ਕਹਿੰਦੇ ਰੁਪਇਆ 1600 ਜੀ ਬਾਈ ਅਸੀਂ ਤਾਂ ਦੇਖ ਲਿਆ ਜਿਹੜਾ ਸੌਦਾ ਜਿਹੜੀ ਮੰਡੀ ਦੇ ਮੈਂ ਮੁੜੇ ਆਈ ਇਹੜੀ ਮੰਡੀ ਦੇ ਭੈਣ ਮੁੜੇ ਆਈ ਉਹ ਪਿੰਡਾਂ ਕੇ ਵੀ ਨਹੀਂ ਵਿਕਦੀ ਮੈਂ ਤਾਂ ਫੇਰ ਤੁਹਾਡੀ ਮੁੜੀ ਹੋਈ ਭੈਣ ਬੰਦਾ ਡੀਜ਼ਲ ਫੂਕ ਕੇ ਕਾਲਾ ਕਹਿੰਦਾ 2 ਲੱਖ 15 ਹਜ਼ਾਰ ਮੰਗੇ ਜਿਉਂ ਤੋੜਨ ਲੱਗੇ 1.90-1.95 ਇੱਥੇ ਜੇ ਘੁੰਮੀ ਜਾਵੇ ਤਿੜਕ ਗਿਆ ਉਹ ਉਹਦੇ ਮਗਰਾੜ ਪਰ 2,15,000 ਵੀ ਰੱਖ ਲਿਆ ਉਹ ਚਲਾਈ ਟਰਾਲਾ ਟਰਾਲਾ ਦੇ ਹੋਰੀ ਕਹਿੰਦਾ ਭਾਈ ਵੇਚਣਾ ਹੀ ਨਹੀਂ ਮਿਲ ਗਿਆ ਤੂੰ ਵੀ ਮੇਰੀ ਗੱਲ ਸੁਣ ਆ ਕੰਮ ਹੁੰਦਾ ਉਹ ਆਏ ਦੇਖ ਉਹ ਟ੍ਰੇਲਰ ਆਹ ਟ੍ਰੇਲਰ ਵਧੀਆ ਰਹੇ ਨਾ ਨਹੀਂ ਉਹ ਤਾਂ ਫਿਰ ਹੈਗਾ ਹੀ ਆ ਫਰਕ ਤਾਂ ਜਿਹਨੇ ਬਵਾਲ ਖਾਧੇ ਉਹਦੇ ਫਿੱਟ ਨਾ ਇਸ ਪਿਆ ਪੱਤਰ ਹਾਂ ਨਵੇਂ ਵਰਗਾ ਇਹ ਤਾਂ ਟਰਾਲੇ ਦਾ ਚਲੋ ਜੀਨ ਵਾਲਾ ਉਹਨੇ ਆ ਫਿਰ ਉਹ ਤਾਂ ਠੀਕ ਆ ਹਾਂ ਜਿਹੜੀ ਜੀਨ ਵਾਲਾ ਉਹਨੇ ਆ ਇਹਦੇ ਟਾਇਰ ਵੀ ਸਾਲਾ ਜੋੜਾ ਹਨ ਲੈ ਵੀ ਜੱਗੇ ਇਹਦਾ ਵੀ ਨਿਬੜ ਗਿਆ ਕੰਮ ਲਾ ਅੱਜ ਵਿਹਲੇ ਹੋ ਗਏ ਵੀ ਹੈ ਵਿਹਲੇ ਹੋ ਗਏ ਅੱਜ ਸਾਨੂੰ ਵੱਢਣੀ ਕੱਢਣੀ ਤੂੜੀ ਨੂੰ ਮੰਨਦੇ ਨੀ ਹੈਗੇ ਬੜਾਈ ਬੜਾਈ ਨੂੰ ਮੰਨਦੇ ਆ ਵੱਢਣੀ ਕੱਢਣੀ ਠੀਕ ਆ ਤੂੜੀ ਨੂੰ 10,000 ਤੇ ਤੂੜੀ ਘੱਟ ਨੀ ਕਿੱਲੇ ਦੀ ਸਮਝਿਆ 10,000 ਤੇ ਬੇਦੀ ਉਹ ਆਇਆ ਜੇ ਹੁਣ ਚਾਚੇ ਨੇ 12,000 ਨੂੰ ਵੇਚਤੀ 18,000 ਦਾ 1.5 ਕਿੱਲਾ ਵੇਚਿਆ ਉਹ ਭਾਈ 20,000 ਮੰਗਦਾ ਤਾਂ ਉਹ ਨਹੀਂ ਲਈ ਰੇੜੇ ਵਾਲਿਆਂ ਨੇ ਹੀ ਲਈ ਆ ਉਹਨਾਂ ਨੇ ਉੱਥੇ ਕੰਮ ਅੜ ਗਿਆ ਆ ਕੇ ਉੱਥੇ ਕੰਮ ਅੜ ਗਿਆ ਅਰਜਿੰਦ ਆ ਕੇ ਉੱਥੇ ਲੇਬਰ ਪਰ ਆ ਕੇ ਕਢਾਈ ਪਰ ਘਰਾਂ ਵੀ ਤਕੜਾ ਦਾ ਆ ਕਣਕ ਵੀ ਠੀਕ ਹੈ ਕਣਕ ਵੀ ਤਕੜੀ ਫਿਰ ਚਾਚੇ ਵਾਲੀ ਬਲਵੀ ਚਾਚੇ ਨਾਲ ਕਣਕ ਬਹੁਤ ਤਕੜੀ ਸੀ 23-24 ਅਜਾ ਹੋਇਆ ਤਾਂ ਨਹੀਂ ਸੌਦਾ ਹੋ ਗਿਆ 18,000 ਦਾ 18 ਦਾ ਮੈਂ ਉੱਥੇ ਗਿਆ ਮੈਂ ਇੱਥੇ ਇਹਨਾਂ ਨੂੰ ਮੁੱਕਣਾ ਵਾ 20,000 ਮੰਗੇ ਉਹ ਕਹਿੰਦੇ 15 ਦਾ ਵੇਖ ਜਵੇ ਥੋੜਾ ਚੰਗਾ ਮੈਨੂੰ ਕਹਿੰਦਾ
ਮੈਂ ਕੋਈ ਨਾ ਤੂੰ 20 ਮੰਗੀ ਮੈਂ 18 ਨੂੰ ਵੀ ਉਹੀ 18 ਨੂੰ ਵੀ ਕਰ ਦੇ ਲੈ ਹਾਂ ਆਏ ਕਿਸ ਤਰ੍ਹਾਂ ਆਈਦਾ ਕਈ ਸੌਦੇ ਤੂੰ ਵਿਗਾੜ ਵੀ ਦਿੰਦਾ ਵਿਗਾੜਿਆ ਕੋਈ ਨਹੀਂ ਸਾ ਘਾਟਾ ਪਾ ਕੇ ਗਿਆ ਤਾਂ ਦੱਸ ਮੈਨੂੰ ਕੋਈ ਸੌਦਾ ਹਾਂ ਤੈਨੂੰ 3500 ਦਾ ਬਹੁਤ ਦੁਆਇਆ 3500 ਨਾਲ ਦੇ ਦੇ ਬੱਤ ਕਰ ਬੱਤ ਕਰ ਤਾਂ ਮੈਂ ਹੀ ਤਾਂ ਜਿਹੜਾ ਵੇਚ ਗਿਆ ਤੁਸੀਂ ਤਾਂ ਮੈਨੂੰ ਹਾਂ ਉਹਦਾ ਬੌਲੂ ਸਾਲਾ ਬਹੁਤ ਆ ਗੁੱਜ ਲਾਜ਼ਮੀ ਕਰਤਾ ਲਾਉਂਦਾ ਕਰਾ ਭਜਾਉਣਾ ਅੱਛਾ ਭਜਾਉਣਾ ਨਹੀਂ ਜਰੇ ਨਾਲ ਬਸ ਸਾਲਾ ਕਿਸੇ ਮੇਰੇ ਨਾਲ ਰੇੜੇ ਪਰੇ ਬਹਿ ਕੇ ਆ ਜਾ ਹਾਂ ਰੇੜੇ ਪਰ ਬੈਠੇ ਆ ਬਾ ਇੱਕ ਵਾਰ ਪੂਜ ਨੂੰ ਤੇ ਲਾਇਆ ਮੈਂ ਉਰੇ ਤੇ ਜਾਂ ਬਾ ਖੇਤ ਮੈਂ ਪੂਲਰ ਨਾਲ ਬੱਜ ਕੇ ਹੀ ਰੁਕਿਆ ਪੁੱਛ ਲੈ ਇਹਨੂੰ ਫੇਤੀਆਂ ਮਾ ਸਾਲਾ ਕਿਸੇ ਨੇ ਨਹੀਂ ਚੱਕਣੇ ਮੈਂ ਮੁੰਬਾ ਕਰਕੇ ਜਿਹੜਾ ਦੱਲੀ ਕਾ ਕਰਦਾ ਟਾਇਰ ਆਇਆ ਚੱਕ ਕੇ ਹੀ ਮੁੜਿਆ ਇਹਨੂੰ ਪੁੱਛ ਲੈ ਰੇੜੇ ਦਾ ਰੋਸਾ ਪੂਰਾ ਕੀਤਾ ਕਰ ਰੁਕਦਾ ਕਿ ਕਹੇ ਤਾਂ ਤਾਂ ਗਿਆ ਜਿਹੜਾ ਤਾਂ ਗਿਆ ਟਕਰਾ ਮੁੜ ਕੇ ਬਾਈ ਪੈਰੀ ਵੇ ਤੇ ਜਿਹੜਾ ਨਹੀਂ ਵੀ ਟਾਂਗੀ ਵਾਲੇ ਭਜਾਏ ਦੀ ਆ ਨਾ ਠੀਕ ਹੈ ਉਹ ਆ ਜੁੜੀ ਐ ਤਾਂ ਨਹੀਂ ਵੀ ਟਾਂਗੀ ਵਾਲਾ ਭਜਾਇਆ ਨਹੀਂ ਉਹਦੇ ਨਾਲ ਤਾਂ ਉਹ ਕੰਮ ਹੁੰਦਾ ਵੱਡਾ ਮਾਰ ਤਾਂ ਵੱਡਾ ਮਾਰਤਾ ਲੇਕਿਨ ਟੌਨੀ ਤੇ ਮੀਡੀਆ ਐ ਟਾਂਗੀ ਵਾਲੇ ਤਾਂ ਸਾਲੇ ਦੇ ਬਹੁਤ ਭਜਾਈ ਮੇਰੇ ਵਾਲਾ ਤਾਂ ਪਿੱਛੇ ਹੀ ਰੋਲ ਦਿੰਦਾ ਗਿਆ ਜੀ ਉਹਨੇ टीन एक दूजी टीन पर पई ओनू शेड दस दे ਜਾ ਫੇ ਬੱਲੀਆਂ ਕੱਢ ਕੇ ਰੱਖ ਲੋ ਟੀਨਾ ਜਦੇ ਉਤਾਰਨਾ ਪੈਣਾ ਉਹਦੀ ਟਰਾਲੀ ਨਹੀਂ ਅੰਦਰ ਜਾਣੀ ਰਾਜੇ ਹਾਂ ਉਹਦੇ ਪੈਪ ਕੱਢ ਲੋ ਵੇਖਾਂ ਕਿ ਟੀਨ ਲਾ ਕੇ ਇੱਕ ਟੀਨ ਹੇਠਾਂ ਰੱਖ ਕੇ ਪੈਪ ਕੱਢ ਲੋ ਟਰਾਲੀ ਬੈਗ ਲਾਈ ਜਾਓ ਆਹੋ ਪੈਪ ਚ ਉਹ ਐਨੀ ਕਿੰਨੀ ਕੁੜੀ ਹੋਣੀ ਬਹੁਤ ਜਗ੍ਹਾ ਇੱਧਰ ਪਿੱਛੇ ਆਈ ਇੱਕ ਵਾਰੀ ਲਾਉਣੀ ਕੁਛ ਨਹੀਂ ਲੋੜ ਪੈਣੀ ਤੈਨੂੰ ਚੱਲ ਮੇਰੇ ਪਾ ਦੇ ਟਰਾਲੀ ਜੇ ਘੱਟ ਕੇ ਵੇਚ ਲੈ ਲਿਓ ਦੇਖ ਲੈ ਪਾ ਲੈ ਪਾ ਲੈ ਆ ਲਾ ਕੇ ਹੋ ਗਿਆ